ਸਾਰਾ ਨੂੰ ਦੋਸ਼ ਨਹੀਂ ਦਿੰਦੇ, ਆਪਣੇ ਅਧਿਕਾਰੀਆਂ ਨੂੰ ਵੀ ਦਿੰਦੇ ਆ ਜਿਹਨਾਂ ਸਰਕਾਰਾਂ ਨੂੰ ਡਿਸਕ੍ਰਾਈਬ ਕਰਕੇ ਸਾਡੇ ਜਿਹੜੇ ਆ ਜਿਹੜੇ ਬਣਦੇ ਹੱਕ ਜਿਹੜੇ ਉਹਨਾਂ ਨੂੰ ਹਾਈਜੈਕ ਕੀਤਾ, ਖੁਦ ਬੈਨੀਫਿਟ ਲਿਆ ਜਿਹੜਾ ਕਿ ਜਗ ਕੇ ਉਹਨਾਂ ਦਾ ਅਧਿਕਾਰ ਹੀ ਨਹੀਂ ਸੀਗਾ ਕੁਸਿਆਰੀ ਕਮੇਟੀ ਦੇ ਮੁਤਾਬਕ, ਕਿਉਂਕਿ ਉੱਥੇ 53 ਸਾਲ ਤੱਕ ਨੌਕਰੀ ਕਰਦੇ ਆ। ਇੱਦਾਂ ਦੇ ਫਿਰ ਪਹਿਰਾ ਮਿਲਦੀ ਪੁਲਿਸ ਵਾਲਿਆਂ ਨੂੰ ਮਿਲਣੀ ਚਾਹੀਦੀ। ਹਾਂ, ਮੇਰਾ ਨਾਂ ਜੀ ਸੁਖਦਾ, ਮੈਂ ਐਸ ਪੀ ਸਿੰਘ ਗੋਸਲ, ਸਾਬਕਾ ਸੈਨੀਟੇਸ਼ਨ ਕਮੇਟੀ ਨੈਸ਼ਨਲ ਐਡਵਾਈਜ਼ਰ। ਮੇਰੇ ਨਾਲ ਬੈਠੇ ਨੇ ਸਾਡੇ ਨਾਇਕਾਰ ਭਾਲ ਸਿੰਘ ਜੀ, ਜਨਰਲ ਸੈਕਟਰੀ ਆ ਸਾਬਕਾ ਸੈਨੀਟੇਸ਼ਨ ਕਮੇਟੀ ਆਲ ਇੰਡੀਆ। ਪ੍ਰਧਾਨ ਜੀ ਬੈਠੇ ਆ, ਥੋੜ੍ਹਾ ਏਜ ਹੋਣ ਕਰਕੇ ਇਹ ਨਹੀਂ ਬੋਲ ਪਾਏ। ਹਾਂਜੀ, ਇਹ ਸਾਡੇ ਯੂਥ ਪ੍ਰਧਾਨ ਨੇ ਆਲ ਇੰਡੀਆ ਸਾਬਕਾ ਸੈਨੀਟੇਸ਼ਨ। ਐਕਚੁਅਲੀ ਦੇ ਵਿੱਚ ਅੱਜ ਅਸੀਂ ਜਿਹੜਾ ਵਾ ਪੂਰੇ ਪੰਜਾਬ ਦੇ ਜਿਹੜੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਰਲ ਕੇ ਅੱਜ ਇੱਥੇ ਮੀਟਿੰਗ ਕੀਤੀ ਹੈ। ਸਾਡਾ ਮੀਟਿੰਗ ਕਰਕੇ ਉਸ ਤੋਂ ਬਾਅਦ ਇੱਥੇ ਪ੍ਰੈਸ ਕਲੱਬ ਆਉਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਆਮ ਜਿਹੜੇ ਨਾਗਰਿਕ ਹੈ ਜਾਂ ਜਿਹੜੇ ਜਵਾਨਾਂ ਨੂੰ ਸਾਡੇ ਪਿੰਡਾਂ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਪਤਾ, ਉਹਨਾਂ ਨੂੰ ਜਾਣਕਾਰੀ ਦੇਣਾ ਵਾ ਕਿ ਸਾਨੂੰ ਅਸੀਂ 20 ਫਰਵਰੀ 2023 ਤੋਂ ਜਿਹੜਾ ਜੰਤਰ ਮੰਤਰ 'ਤੇ ਲਗਾਤਾਰ ਸਾਡਾ ਜਿਹੜਾ ਅਣਮਿੱਥੇ ਸਮੇਂ ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਜਿਸ ਦੇ ਅੱਜ 105 ਦਿਨ ਹੋ ਗਏ। ਉਹ ਧਰਨੇ ਪ੍ਰਦਰਸ਼ਨ ਦੀ ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਜਿਹੜਾ ਇੱਕ ਰਿੰਕ ਇੱਕ ਪੈਨਸ਼ਨ ਹੀ ਜਾਂ ਹੋਰ ਵੀ ਜਿੰਨੇ ਬੈਨੀਫਿਟ ਜਾਂ ਕਿਸੇ ਵੀ ਜਗ੍ਹਾ 'ਤੇ ਆ ਉਹ ਸਾਰੇ ਹੀ ਸਾਡੇ ਫੌਜ ਦੇ ਅਫਸਰਾਂ ਨੂੰ ਹੀ ਦੇ ਦਿੱਤੇ ਗਏ ਆ ਔਰ ਜਵਾਨਾਂ ਨੂੰ ਜਿਹੜਾ ਵਾ ਇਹਦੇ ਵਿੱਚ ਕੋਈ ਲਾਭ ਨਹੀਂ ਹੋਇਆ। ਐਕਚੁਅਲੀ ਦੇ ਵਿੱਚ ਜਿਸ ਤਰ੍ਹਾਂ ਸਾਡੇ ਸਾਹਿਬ ਨੇ ਦੱਸਿਆ ਹੈ ਕਿ ਜਿਹੜਾ ਇੱਕ ਰਿੰਕ ਇੱਕ ਪੈਨਸ਼ਨ ਵੀ ਹੈ ਮੁੱਦਾ ਜਿਹਦੇ ਬਾਰੇ ਆਮ ਪਬਲਿਕ ਜਾਣਦੀ ਆ, ਇਹ ਤੁਸੀਂ ਵੀ ਸੁਣਿਆ ਹੋਏਗਾ ਸਾਡੇ ਫੌਜ ਦੇ ਅਫਸਰ ਜਿਹੜੇ ਆ ਉਹ ਮੀਡੀਆ ਦੇ ਵਿੱਚ ਕਹਿੰਦੇ ਸੀ ਕਿ ਸਾਡਾ ਜਵਾਨ ਜਿਹੜਾ ਵਾ ਉਹ 32 ਤੋਂ 40 ਸਾਲ ਦੀ ਉਮਰ ਦੇ ਵਿੱਚ ਪੈਨਸ਼ਨ ਆ ਜਾਂਦਾ ਅਤੇ ਉਸ ਟਾਈਮ 'ਤੇ ਉਹਦੇ ਉੱਤੇ ਪਰਿਵਾਰ ਦੇ ਪੂਰੀ ਜ਼ਿੰਮੇਵਾਰੀ ਦਾ ਜਿਹੜਾ ਉਹ ਜ਼ਿਆਦਾ ਬੋਝ ਹੁੰਦਾ ਹੈ, ਇਸ ਕਰਕੇ ਸਾਨੂੰ ਇੱਕ ਰਿੰਕ ਇੱਕ ਪੈਨਸ਼ਨ ਚਾਹੀਦਾ ਹੈ। ਲੇਕਿਨ ਜਦੋਂ ਇੱਕ ਰਿੰਕ ਇੱਕ ਪੈਨਸ਼ਨ ਲਾਗੂ ਹੋਇਆ ਅਤੇ 90% ਹਿੱਸਾ ਜਿਹੜਾ ਵਾ ਸਿਰਫ ਸਾਡੇ ਅਫਸਰ ਲੈ ਗਏ, ਜਦੋਂ ਕਿ ਜਿਸ ਤਰ੍ਹਾਂ ਦੱਸਿਆ ਸਾਹਿਬ ਨੇ ਵੀ ਕੁਸਿਆਰੀ ਕਮੇਟੀ ਵੀ ਸੀ, ਜਿਸ ਤਰ੍ਹਾਂ ਕੁਸਿਆਰੀ ਕਮੇਟੀ ਨੇ ਵੀ ਇਹ ਗੱਲ ਕਹੀ ਸੀ ਕਿ ਇੱਕ ਰਿੰਕ ਇੱਕ ਪੈਨਸ਼ਨ ਜਿਹੜਾ ਵਾ ਉਹ ਇਸ ਕਰਕੇ ਮਿਲਣਾ ਚਾਹੀਦਾ ਹੈ ਫੌਜੀਆਂ ਨੂੰ ਕਿਉਂਕਿ ਉਹ ਘੱਟ ਉਮਰ ਦੇ ਵਿੱਚ ਪੈਨਸ਼ਨ ਆ ਜਾਂਦੇ ਆ ਅਤੇ ਉਹਨਾਂ ਦੇ ਉੱਤੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਹੁੰਦੀਆਂ। ਲੇਕਿਨ ਜਿਹੜਾ ਸਾਰਾ ਕੁਝ ਮੀਡੀਆ ਦੇ ਵਿੱਚ ਇਹੀ ਕੁਝ ਆਉਂਦਾ ਰਿਹਾ, ਲੇਕਿਨ ਕਿਉਂਕਿ ਸਾਡੀਆਂ ਉਸ ਟਾਈਮ 'ਤੇ ਜਵਾਨਾਂ ਦੀਆਂ ਯੂਨੀਅਨ ਨਹੀਂ ਬਣੀਆਂ ਹੋਈਆਂ ਸੀ, ਸਾਨੂੰ ਅਫਸਰ ਹੀ ਲੀਡ ਕਰਦੇ ਸੀ ਅਤੇ ਅਫਸਰਾਂ ਨੇ ਜਿਹੜਾ ਵਾ ਉਹ ਕੇਂਦਰ ਸਰਕਾਰ ਨੂੰ ਉਸ ਟਾਈਮ ਵੀ ਮਿਸਗਾਈਡ ਕੀਤਾ ਅਤੇ ਜਿਹੜਾ ਆਪ ਉਹ ਜਿਹੜੇ ਫੌਜ ਦੇ ਅਫਸਰ ਆ 58 ਤੋਂ 60 ਸਾਲ ਦੀ ਉਮਰ ਦੇ ਵਿੱਚ ਪੈਨਸ਼ਨ ਆਉਂਦੇ ਆ ਅਤੇ 58 ਤੋਂ 60 ਦੇ ਵਿੱਚ ਜਦੋਂ ਕੁਸਿਆਰੀ ਕਮੇਟੀ ਦੇ ਵਿੱਚ ਵੀ ਇਹ ਗੱਲ ਹੋਈ ਸੀ ਕਿ ਸੇਮ ਡਿਊਟੀ ਹੈ ਸਾਡੀ ਵੀ ਅਤੇ ਪੈਰਾਮਿਲਟਰੀ ਫੋਰਸਿਸ ਦੀ ਵੀ, ਪੈਰਾਮਿਲਟਰੀ ਫੋਰਸਿਸ ਵੀ ਸੇਮ ਕੰਡੀਸ਼ਨ ਦੇ ਵਿੱਚ ਨੌਕਰੀ ਕਰਦੇ ਆ ਉਹ, ਕਿ ਉਹਨਾਂ ਨੂੰ ਇੱਕ ਰਿੰਕ ਇੱਕ ਪੈਨਸ਼ਨ ਕਿਉਂ ਨਹੀਂ ਮਿਲਣਾ ਚਾਹੀਦਾ, ਫੌਜ ਦੇ ਜਵਾਨਾਂ ਨੂੰ ਹੀ ਕਿਉਂ ਮਿਲਣਾ ਚਾਹੀਦਾ? ਅਤੇ ਉਸ ਦੇ ਵਿੱਚ ਹੀ ਇਹ ਲਿਖਿਆ ਗਿਆ ਹੈ ਕੁਸਿਆਰੀ ਕਮੇਟੀ ਦੇ ਵਿੱਚ ਹੀ ਕਿ ਫੌਜ ਦਾ ਜਵਾਨ ਜਿਹੜਾ 32 ਤੋਂ 40 ਸਾਲ ਦੀ ਬਹੁਤ ਘੱਟ ਉਮਰ ਦੇ ਵਿੱਚ ਪੈਨਸ਼ਨ ਆ ਜਾਂਦਾ, ਜਦੋਂ ਕਿ ਪੈਰਾਮਿਲਟਰੀ ਫੋਰਸਿਸ ਦੇ ਜਿਹੜੇ ਜਵਾਨ ਹੈ ਉਹਨਾਂ ਨੂੰ 58 ਤੋਂ 60 ਸਾਲ ਤੱਕ ਦੀ ਉਮਰ ਕਰਨ ਦਾ ਪ੍ਰਾਵਧਾਨ ਹੈ, ਉਹ ਲੰਮੀ ਉਮਰ ਤੱਕ ਜਿਹੜਾ ਵਾ ਨੌਕਰੀ ਕਰਦੇ ਆ, ਇਸ ਕਰਕੇ ਜਿਹੜਾ ਉਹਨਾਂ ਨੂੰ ਓ ਆਰ ਓ ਪੀ ਨਹੀਂ ਮਿਲਣਾ ਚਾਹੀਦਾ ਅਤੇ ਸਾਬਕਾ ਜਿਹੜੇ ਆਪਣੇ ਫੌਜੀ ਜਵਾਨ ਹੈ ਇਹਨਾਂ ਨੂੰ ਜਿਹੜੀ ਉਹ ਘੱਟ ਉਮਰ ਦੇ ਵਿੱਚ ਪੈਨਸ਼ਨ ਭੇਜ ਦਿੱਤਾ ਜਾਂਦਾ, ਇਸ ਕਰਕੇ ਜਿਹੜਾ ਫੌਜ ਦੇ ਜਵਾਨਾਂ ਨੂੰ ਇੱਕ ਪੈਨਸ਼ਨ ਮਿਲਣਾ ਚਾਹੀਦਾ। ਅਤੇ ਸੇਮ ਉਸ ਜਗ੍ਹਾ ਦੇ ਉੱਤੇ ਜਿਹੜਾ ਉਹ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਪੈਰਾਮਿਲਟਰੀ ਫੋਰਸਿਸ ਨੂੰ ਇਸ ਆਧਾਰ 'ਤੇ ਕਿ 58 ਤੋਂ 60 ਸਾਲ ਦੀ ਉਮਰ ਤੱਕ ਨੌਕਰੀ ਕਰਕੇ ਪੈਨਸ਼ਨ ਆਉਂਦੇ ਆ ਤਾਂ ਉਹਨਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ, ਅਤੇ ਸੇਮ ਕੰਡੀਸ਼ਨ ਸਾਡੀ ਇੱਥੇ ਲਾਗੂ ਹੁੰਦੀ ਹੈ ਫੌਜ ਦੇ ਅਫਸਰਾਂ ਦੀ ਵੀ ਕਿ ਸਾਡੇ ਫੌਜ ਦੇ ਅਫਸਰ ਵੀ 58 ਤੋਂ 60 ਸਾਲ ਦੀ ਉਮਰ ਤੱਕ ਪੈਨਸ਼ਨ ਨੌਕਰੀ ਕਰਕੇ ਪੈਨਸ਼ਨ ਆਉਂਦੇ ਆ, ਇਸ ਕਰਕੇ ਉਹਨਾਂ ਨੂੰ ਵੀ ਜਿਹੜਾ ਇਹਦਾ ਇੱਕ ਰਿੰਕ ਇੱਕ ਪੈਨਸ਼ਨ ਦਾ ਅਧਿਕਾਰ ਨਹੀਂ ਸੀ, ਲੇਕਿਨ ਇਹਨਾਂ ਨੇ ਕੇਂਦਰ ਸਰਕਾਰ ਨੂੰ ਗੁੰਮਰਾਹ ਕਰਕੇ ਜਿਹੜਾ ਸਭ ਤੋਂ ਜ਼ਿਆਦਾ ਬੈਨੀਫਿਟ ਜਿਹੜੇ ਆ ਉਹ ਫੌਜ ਦੇ ਅਫਸਰਾਂ ਨੂੰ ਮਿਲੇ ਆ। ਉਸ ਤੋਂ ਬਾਅਦ 7ਵੇਂ ਪੇਅ ਕਮਿਸ਼ਨ ਹੋਇਆ, 7ਵੇਂ ਪੇਅ ਕਮਿਸ਼ਨ ਦੇ ਵਿੱਚ ਜਿਹੜਾ ਜਵਾਨਾਂ ਨੂੰ 2.5 7 ਦਾ ਅਫਿਟਮੈਂਟ ਫੈਕਟਰ ਦਿੱਤਾ ਗਿਆ, ਜਦੋਂ ਕਿ ਅਫਸਰਾਂ ਨੂੰ 2.81 ਤੱਕ ਦਾ ਜਿਹੜਾ ਵਾ ਉਹ ਫੈਕਟਰ ਦਿੱਤਾ ਗਿਆ, ਜਿਸ ਦੇ ਨਾਲ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ।
ਤੇ ਉਸਦਾ ਕਰਕੇ ਜਿਹੜਾ ਆ ਓ ਆਰ ਪੀ ਟੂ ਲਾਗੂ ਹੋਈ ਹੈ ਉਸਦੇ ਵਿੱਚ ਵੀ ਜਿਹੜਾ ਉਹ ਸਾਰਾ ਬੈਨੀਫਿਟ ਜਿਹੜੇ ਆ ਫੌਜ ਦੇ ਅਫਸਰ ਲੈ ਗਏ ਆ। ਇਸੇ ਤਰ੍ਹਾਂ ਹੀ ਇੱਕ ਫੌਜ ਦੀਆਂ ਟਫ ਕੰਡੀਸ਼ਨਾਂ ਨੂੰ ਜਿਹੜੀ ਆ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਯੂਰਪ ਕੰਟਰੀਆਂ ਦੇ ਵਿੱਚ ਪਹਿਲਾਂ ਜਿਹੜੀ ਸੀ ਉਹ ਮਿਲਟਰੀ ਸਰਵਿਸ 'ਤੇ ਜਿਹੜੀ ਉਹ ਇੱਕ ਦਿੱਤੀ ਜਾਂਦੀ ਸੀ ਤਾਂ ਕਿ ਸਿਵਲ ਜਿਹੜੇ ਸਿਵਲੀਅਨ ਨੌਕਰੀ ਕਰਦੇ ਆ ਉਹਨਾਂ ਨਾਲੋਂ ਇਹਨਾਂ ਨੂੰ ਇਹਨਾਂ ਦੀ ਟਫ ਕੰਡੀਸ਼ਨ ਨੂੰ ਦੇਖਦੇ ਹੋਇਆ ਥੋੜ੍ਹੀ ਵੱਧ ਪੈਨਸ਼ਨ ਮਿਲੇ ਇਸ ਕਰਕੇ ਇੱਕ ਮਿਲਟਰੀ ਸਰਵਿਸ 'ਤੇ ਜਿਹੜੀ ਆ ਉਹ ਯੂਰਪ ਦੇ ਵਿੱਚ ਦਿੱਤੀ ਜਾਂਦੀ ਸੀ। ਔਰ ਉਸੇ ਨੂੰ ਵੇਖ ਕੇ ਸਾਡੇ ਜਿਹੜੇ ਆ ਉਹ ਸੇਵੇਂ ਪੇ ਕਮਿਸ਼ਨ ਦੇ ਵਿੱਚ ਜਿਹੜੀ ਉਹ ਡਿਮਾਂਡ ਰੱਖੀ ਗਈ ਕਿ ਮਿਲਟਰੀ ਸਰਵਿਸ 'ਤੇ ਯੂਰਪ ਦੇ ਵਿੱਚ ਦਿੱਤੀ ਜਾਂਦੀ ਹੈ ਅਤੇ ਇੰਡੀਆ ਦੇ ਵਿੱਚ ਵੀ ਉਹ ਲਾਗੂ ਕੀਤੀ ਜਾਵੇ। ਲੇਕਿਨ ਜਿਹੜਾ ਅਸਲ ਤੱਥ ਉੱਥੇ ਲੁਕੋ ਲੈ ਗਏ ਅਤੇ ਅਫਸਰਾਂ ਵੱਲੋਂ ਸਿਰਫ ਇਹੀ ਕਿਹਾ ਗਿਆ ਕਿ ਮਿਲਟਰੀ ਸਰਵਿਸ 'ਤੇ ਆ ਉਸ ਦੇ ਵਿੱਚ ਜਵਾਨ ਨੂੰ ਜਿਹੜੀ ਆ ਇਹਨਾਂ ਨੇ 1000 ਰਿਕਮੈਂਡ ਕੀਤੀ ਅਤੇ ਜਿਹੜੇ ਅਫਸਰਾਂ ਨੂੰ ਉਹ 6000। ਜਦੋਂ ਕਿ ਜਿਹੜੀ ਆ ਜਿਸ ਦੇਸ਼ਾਂ ਵੱਲ ਵੇਖ ਕੇ ਲਾਗੂ ਕੀਤੀ ਗਈ ਮਿਲਟਰੀ ਸਰਵਿਸ 'ਤੇ ਉਹਨਾਂ ਯੂਰਪ ਕੰਟਰੀਆਂ ਦੇ ਵਿੱਚ ਸਿਪਾਹੀ ਤੋਂ ਅਫਸਰ ਤੱਕ ਜਿਹੜੀ ਵੀ ਆ ਮਿਲਟਰੀ ਸਰਵਿਸ 'ਤੇ ਉਹਨਾਂ ਨੂੰ ਇਕੁਅਲ ਦਿੱਤੀ ਜਾਂਦੀ ਹੈ। ਲੇਕਿਨ ਇੱਥੇ ਵੀ ਹੋਇਆ ਸੇਮ ਇਸੇ ਤਰ੍ਹਾਂ ਡਿਸਬਿਲਟੀ ਪੈਨਸ਼ਨ ਹੈ। ਡਿਸਬਿਲਟੀ ਪੈਨਸ਼ਨ ਜੇ ਤੁਸੀਂ ਬਾਹਰ ਯੂਰਪ ਜਾਂ ਅਮੈਰੀਕਾ ਕਨੇਡਾ ਦੀ ਆਰਮੀ ਦੇ ਵਿੱਚ ਵੇਖੋਗੇ ਤਾਂ ਉਹਨਾਂ ਦੇ ਵਿੱਚ ਕੀ ਆ ਕਿ ਇੱਕ ਜਵਾਨ ਦੀ ਬਾਂਹ ਕੱਟੀ ਗਈ ਲੜਦੇ ਆਇਆ ਔਰ ਇੱਕ ਅਫਸਰ ਦੀ ਕੱਟੀ ਗਈ ਅਤੇ ਮੰਨ ਲਓ ਉਹਨਾਂ ਨੂੰ ਅਗਰ ਸੇਮ 50% ਜਾਂ 60% ਡਿਸਬਿਲਟੀ ਜਿਹੜੀ ਆ ਉਹਨਾਂ ਦੀ ਹੋਈ ਆ ਅਤੇ ਉਹਦੇ ਆਧਾਰ 'ਤੇ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਂਦੀ ਆ। ਮੰਨ ਲਓ ਅਗਰ ਇੱਕ ਅਫਸਰ ਨੂੰ ਜਿਹੜੀ ਆ ਵਿਦੇਸ਼ਾਂ ਦੇ ਵਿੱਚ ਇੱਕ ਬਾਂਹ ਕੱਟਣ 'ਤੇ 40% ਦਿੱਤੀ ਜਾਂਦੀ ਆ ਅਤੇ ਇੱਕ ਜਵਾਨ ਨੂੰ 60% ਅਲਾਓ ਕੀਤਾ ਜਾਂਦਾ ਕਿ ਵੀ ਇਹ 60% ਡਿਸੇਬਲ ਹੈ ਅਤੇ ਉਹਦੇ ਵਿੱਚ ਜਵਾਨ ਨੂੰ ਜਿਹੜਾ 60% ਹੈ ਉਹਨੂੰ ਜ਼ਿਆਦਾ ਡਿਸਬਿਲਟੀ ਪੈਨਸ਼ਨ ਮਿਲੂਗੀ ਔਰ 40% ਜੇਕਰ ਅਫਸਰ ਹੋਇਆ ਤਾਂ ਉਹਨੂੰ ਘੱਟ ਪੈਨਸ਼ਨ ਮਿਲੂਗੀ। ਲੇਕਿਨ ਸਾਡੇ ਫੌਜ ਦੇ ਵਿੱਚ ਇੰਡੀਅਨ ਫੌਜ ਦੇ ਵਿੱਚ ਕੀ ਹੈ ਕਿ ਇੱਕ ਜਵਾਨ ਹੈ ਅਗਰ ਉਹ ਪਾਕਿਸਤਾਨ ਜਾਂ ਕਿਸੇ ਦੁਸ਼ਮਣ ਦੇਸ਼ ਦੇ ਨਾਲ ਲੜਦਾ ਹੋਇਆ ਜਿਹੜਾ ਉਹ ਜ਼ਖਮੀ ਹੋ ਜਾਂਦਾ 100% ਡਿਸੇਬਲ ਹੋ ਜਾਂਦਾ। ਇੱਕ ਜਵਾਨ ਨੂੰ ਜਿਹੜੀ ਉਹ 18,000 ਰੁਪਈਆ ਜਿਹੜਾ ਵਾਰ ਇੰਜੂਰੀ ਦੀ ਗੱਲ ਕਰ ਰਹੇ ਹਾਂ ਉਹਨੂੰ 18,000 ਰੁਪਈਆ ਔਰ ਜਿਹੜਾ ਇੱਕ ਅਫਸਰ ਹੈ ਉਹਨੂੰ 2,50,000 ਰੁਪਏ ਤੱਕ ਜਿਹੜੀ ਆ ਪ੍ਰਤੀ ਮਹੀਨਾ ਡਿਸਬਿਲਟੀ ਪੈਨਸ਼ਨ ਦਿੱਤੀ ਜਾਂਦੀ ਹੈ। ਐਡਾ ਤਕੜਾ ਗੈਪ ਹੈ ਜਦੋਂ ਕਿ ਡਿਸਬਿਲਟੀ ਪੈਨਸ਼ਨ ਦੇ ਵਿੱਚ ਰੈਂਕ ਦਾ ਕੋਈ ਮਤਲਬ ਨਹੀਂ ਹੈ ਜਿਵੇਂ ਕਿ ਵਿਦੇਸ਼ਾਂ ਦੇ ਵਿੱਚ ਵੀ ਹੈ ਕਿ ਉਹਦਾ ਮਤਲਬ ਹੈ ਕਿ ਸਰੀਰ ਦੀ ਕਿੰਨੀ ਪ੍ਰਸੈਂਟ ਜਿਹੜੀ ਆ ਉਹ ਡਿਸਬਿਲਟੀ ਹੋਈ ਹੈ ਕਿੰਨੇ ਪ੍ਰਸੈਂਟ ਉਹ ਅਪੰਗ ਹੋਇਆ। ਲੇਕਿਨ ਨਹੀਂ ਇੰਡੀਆ ਦੇ ਵਿੱਚ ਜਿਹੜਾ ਵਾ ਉਹ ਸਾਡਾ ਲਗਾਤਾਰ ਇੱਕ ਹੀ ਹੈ ਕਿ ਅਗਰ ਅਫਸਰ ਵੱਧ ਪੈਨਸ਼ਨ ਲੈ ਰਿਹਾ ਤਾਂ ਉਹਨੂੰ ਵੱਧ ਹੀ ਜਿਹੜੀ ਉਹ ਡਿਸਬਿਲਟੀ ਪੈਨਸ਼ਨ ਦਿੱਤੀ ਜਾਏਗੀ ਜਦੋਂ ਕਿ ਇਹਦੇ ਨਾਲ ਬੇਸ ਪੈਨਸ਼ਨ ਦਾ ਜਾਂ ਰੈਂਕ ਦਾ ਕੋਈ ਆਧਾਰ ਨਹੀਂ ਹੁੰਦਾ ਜਾਂ ਨੌਕਰੀ ਦੀ ਕਿੰਨੀ ਉਹਨੇ ਕੀਤੀ ਹੈ 20 ਸਾਲ ਕੀਤੀ ਹੈ 30 ਸਾਲ ਕੀਤੀ ਹੈ 40 ਸਾਲ ਕੀਤੀ ਹੈ ਇਸ ਚੀਜ਼ ਦੇ ਨਾਲ ਕੁਝ ਵੀ ਉਹਦਾ ਲੈਣਾ ਦੇਣਾ ਨਹੀਂ ਹੈ। ਡਿਸਬਿਲਟੀ ਸਰੀਰ ਦੀ ਹੁੰਦੀ ਹੈ ਇਸ ਕਰਕੇ ਜਿਹੜੀ ਆ ਜਿਵੇਂ ਵਿਦੇਸ਼ਾਂ ਦੇ ਵਿੱਚ ਪ੍ਰਸੈਂਟੇਜ ਦੇ ਆਧਾਰ 'ਤੇ ਕਿੰਨੇ ਪ੍ਰਸੈਂਟ ਬੰਦਾ ਕੰਡਮ ਹੋਇਆ ਡਿਸਬਿਲਟੀ ਪੈਨਸ਼ਨ ਦਿੱਤੀ ਜਾਂਦੀ ਹੈ ਉਸੇ ਆਧਾਰ 'ਤੇ ਇੰਡੀਆ ਦੇ ਵਿੱਚ ਵੀ ਮਿਲਣੀ ਚਾਹੀਦੀ ਹੈ। ਲੇਕਿਨ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਸਾਡੇ ਇੱਥੇ ਇੱਕ ਜਵਾਨ ਨੂੰ 18,000 ਔਰ ਇੱਕ ਅਫਸਰ ਨੂੰ ਜਿਹੜੀ ਉਹ 2,50,000 ਰੁਪਏ ਤੱਕ ਪ੍ਰਤੀ ਮਹੀਨਾ ਜਿਹੜਾ ਡਿਸਬਿਲਟੀ ਪੈਨਸ਼ਨ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਹੁਣ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ 26 ਜਨਵਰੀ 1950 ਨੂੰ ਸੰਵਿਧਾਨ ਬਣ ਗਿਆ। ਲੇਕਿਨ ਅਫਸੋਸ ਹੈ ਕਿ ਫੌਜ ਦਾ ਜਿਹੜਾ ਜਵਾਨ ਹੈ ਉਹ ਅੱਜ ਵੀ ਗੁਲਾਮ ਹੈ। ਕਿਉਂ? ਕਿਉਂਕਿ ਜਿਹੜੇ ਅੰਗਰੇਜ਼ਾਂ ਦੇ 1911 ਦੇ ਬਣੇ ਹੋਏ ਆਰਮੀ ਰੂਲਸ ਹੈ ਉਹ ਅੱਜ ਵੀ ਸਾਡੀ ਭਾਰਤੀ ਸੈਨਾ ਦੇ ਵਿੱਚ ਜਿਹੜੇ ਉਹੀ ਚੱਲ ਰਿਹਾ ਜਦਕਿ ਕਿਸੇ ਦੇਸ਼ ਦੇ ਵਿੱਚ ਇਹੋ ਜਿਹੇ ਗੁਲਾਮ ਰੱਖਣ ਵਾਲੇ ਕਾਨੂੰਨ ਜਿਹੜੇ ਆ ਉਹ ਨਹੀਂ ਚੱਲਦੇ ਸਿਰਫ ਇੰਡੀਆ ਦੇ ਵਿੱਚ ਸਾਡੇ ਦੇਸ਼ਾਂ ਦੇ ਵਿੱਚ ਚੱਲ ਰਹੇ ਆ। ਅਤੇ ਸਾਡਾ ਜਿਹੜਾ ਮੇਨ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ 105 ਦਿਨ ਹੋ ਚੁੱਕੇ ਆ ਜੰਤਰ ਮੰਤਰ 'ਤੇ ਸਾਡਾ ਧਰਨਾ ਪ੍ਰਦਰਸ਼ਨ ਚੱਲਦੇ ਹੋਏ ਆ। ਸਾਡੀ ਡਿਮਾਂਡ ਇਹ ਨਹੀਂ ਆ, ਅਸੀਂ ਇਹ ਨਹੀਂ ਕਹਿ ਰਹੇ ਕਿ ਸਾਨੂੰ ਜਿਹੜਾ ਅੱਜ ਹੀ ਇੰਨੀ ਪੈਨਸ਼ਨ ਦੇ ਦਿਓ ਜਾਂ ਇੰਨਾ ਵਾਧਾ ਕਰ ਦਿਓ। ਅਸੀਂ ਸਰਕਾਰ ਨੂੰ ਇਹ ਕਹਿੰਦੇ ਹਾਂ, ਕੇਂਦਰ ਸਰਕਾਰ ਅੱਗੇ ਸਾਡੀ ਇਹ ਡਿਮਾਂਡ ਹੈ ਕਿ 3 ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਿਹੜੇ ਆ ਉਹਨਾਂ ਦੀ ਕਮੇਟੀ ਬਿਠਾਈ ਜਾਵੇ। ਉਹਨਾਂ ਦੀ ਕਮੇਟੀ ਜਿਹੜੀ ਆ ਉਸ ਉਹਨਾਂ ਦੇ ਕੋਲ ਅਸੀਂ ਆਪਣਾ ਪੱਖ ਰੱਖੀਏ, ਉਸ ਦੇ ਉੱਤੇ ਆਪਣਾ ਅਫਸਰ ਵੀ ਅਗਰ ਉਹਨਾਂ ਨੂੰ ਲੱਗਦਾ ਹੈ ਤਾਂ ਅਫਸਰ ਵੀ ਆਪਣਾ ਪੱਖ ਰੱਖ ਸਕਦੇ ਆ। ਉਹ 3 ਮਹੀਨੇ ਦਾ ਜੇਕਰ ਸਮਾਂ ਹੋਵੇ ਤਾਂ 3 ਮਹੀਨੇ ਦੇ ਸਮੇਂ ਦੇ ਵਿੱਚ ਉਹ ਜਿਹੜਾ ਵਾ ਉਹ ਸਾਰਾ ਕੁਝ ਉਹਦਾ ਜਾਂਚ ਪਰਖਣ, ਉਸ ਤੋਂ ਬਾਅਦ ਜਿਹੜਾ 3 ਮਹੀਨੇ ਬਾਅਦ ਜਿਹੜੇ ਸੁਪਰੀਮ ਕੋਰਟ ਦੇ 3 ਰਿਟਾਇਰਡ ਜੱਜ ਹੈ ਉਹ ਆਪਣੀ ਰਿਪੋਰਟ ਜਿਹੜੀ ਆ ਉਹ ਕੇਂਦਰ ਸਰਕਾਰ ਨੂੰ ਦੇਣ ਅਤੇ ਕੇਂਦਰ ਸਰਕਾਰ ਉਹਨਾਂ ਦੀ ਰਿਪੋਰਟ ਨੂੰ ਦੇਖਦੇ ਹੋਏ ਜਿਹੜਾ ਵਾ ਅਗਲੇ ਬੰਦੇ ਜਿਹੜਾ ਜਵਾਨਾਂ ਨੂੰ ਇਨਸਾਫ ਦੇਣ। ਅਸੀਂ ਕਿਤੇ ਵੀ ਇਹ ਪ੍ਰੈਸਰਾਈਜ਼ ਨਹੀਂ ਕਰ ਰਹੇ, ਕਿਤੇ ਵੀ ਇਹ ਗੱਲ ਨਹੀਂ ਕਹਿ ਰਹੇ ਕਿ ਸਾਨੂੰ ਆਹ ਚੀਜ਼ ਇਸੇ ਤਰ੍ਹਾਂ ਦੇ ਦਿਓ, ਜਾਂ ਅਸੀਂ ਇਹ ਨਹੀਂ ਕਹਿ ਰਹੇ ਕਿ ਡਿਸਬਿਲਟੀ ਪੈਨਸ਼ਨ ਜਿਹੜੀ ਆ ਉਹ ਸਾਨੂੰ 2,50,000 ਰੁਪਏ ਦੇ ਦਿਓ। ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਜਿੰਨੀ ਵੀ ਪੈਨਸ਼ਨ ਮਿਲਣੀ ਚਾਹੀਦੀ ਹੈ ਡਿਸਬਿਲਟੀ ਪੈਨਸ਼ਨ ਮਿਲਣੀ ਚਾਹੀਦੀ ਹੈ
अगर देश वास्ते लड़ते हुए जवान के अफसर दोवें जख्मी हुए हैं तो उन्होंने बराबर मिलनी चाहिए है, वह चाहे 20,000 हो, चाहे 18,000 हो, चाहे 30,000 हो, वो जिन्नी भी हो बराबर हो। नहीं कहते कि सारे जवानों अगर उन्होंने अफसरों 2.5 लाख रुपया इस टाइम से दी जा रही है तो सानू 2.5 लाख दो, ये नहीं कह रहे। अं कि भी देश के उत्ते जो इस चीज़ का बोझ नहीं पाते कि 2.5 लाख सानू भी दो, नहीं। लेकिन जो भी मिले साढ़े नाल इस चीज़ का भेदभाव नहीं होना चाहिए। अगर एक अफसर जो देश सेवा करता है तो जवान उस तो अगले बंदे फ्रंट से होकर लड़ता है तो उन्होंने नाल जोड़ा योजा भेदभाव नहीं होना चाहिए, तो इंसाफ मिलना चाहिए। जवानी मिलनी चाहिए, शहीद परिवार है। जिहड़े जिहड़े बच्चे साढ़े 8-9 साल के शहीद हो जाते, ज़्यादातर तुम कारगिल के देखा होगा कि घट सरस वाले जो बच्चे शहीद हो जाए। हुण सवाल है कि वध रहे वध पैसे का मुद्दा एक घट सरस वाले वास्ते सीगा, लेकिन जिहड़े साढ़े शहीद परिवार है उन्होंने हुण वध रहे वध पैसे वन के भी नहीं मिला एक पैसा, और जी सैकंड हुई उस भी एक पैसा की बढ़ोतरी हुई। इवें ही साढ़े जिहड़े रिजर्विस्ट है जिन्हें 3-3 लड़ाइया लड़िया ने, उन्होंने वध रहे वध पैसे के एक पैसा नहीं वधी। इवें साढ़े जिहड़े विडो पैंशन ने उन्हों की भी एक पैसा पैंशन नहीं वधी, ना वन ना टू के। इवें जिहड़े हुण जिहड़ी सैकल रिविजन हुई है उस टाइम पहले वन के जेसीओ की थोड़ी बहुत सताई तो होदा तक थोड़ी वधी थी, लेकिन जिहड़े जेसीओ रैंक है उन्होंने भी वन रैंक वन पैंशन के खाली 47 रुपये नैब सूबेदार की, 298 रुपये सूबेदार की, बहुत घट फायदा होया। हुण जिहड़ी सैकल रिविजन तो बहुत ही वड्डा साढ़े नाल डिस्क्रिमिनेशन हुई है, साढ़े जिहड़े जेसीओ रैंक है आउंदरी लैफ्टिनेंट कैप्टन तक वो भी वांझे कर दिए गए हैं। जेडे प्री मेचर आए हैं जेडे मोदी जी ने 15 के मेरे जवान जेडे 35-40 साल के पेंशन आ जाते हैं उन्होंने वन रैंक वन पेंशन के दायरे रखा जाएगा, रखा भी मोदी जी ने दरिया दिल्ली दिखाई, लेकिन जुलाई 14 तो पहले वाले रखा गया, लेकिन हुण जेडे जुलाई 19 तो जी ORP रिविजन हुई है उसके में जो 70% साढ़े जो जवान है वो ORP तो वांझे रखे गए। देखो शहीद परिवार वांझे, विडो पेंशन वांझिया, रिजर्विस्ट वांझे, साडे नैब सूबेदार तो कैप्टन तक वांझे, उहदे बाद बाकी असीं इह नहीं कहिंदे कि सरकार ने वध रहे वध पैसे नहीं दित्ती है। 42,000 करोड़ पहले दिता, 23,000 करोड़ सैकल ORP दे विच, लेकिन वो पैसा दिता साडा आम पब्लिक का इनकम टैक्स का पैसा जिहड़ा सानू दिता साबका सैनिकां नूं, लेकिन उहदी बांदरवाट होई है। उहदा जिहड़ा जिहड़े 3% अधिकारी है 85% हिस्सा जिहड़ा 3% अधिकारी लै गए आ, और असीं जिहड़े 97% जवान है सानू केवल दे केवल 15% हिस्सा मिलिया। एडी वड्डी डिस्क्रिमिनेशन हुई है। बाकी नागरपाल ने पूरे पॉइंट दसे ही है, साडा जिहड़ा असीं इस रोज दे विच 20 फरवरी नूं जिहड़ा धरना प्रदर्शन शुरू कीता सीगा, बहुत वड्डी रैली कीती, पूरे देश दीआं साबका सैनिक जथेबंदियां ने साडे पंजाब वालिआं नूं अगे मोहरी कीता, उन्होंने सानू माण बख्शिया कि जिवें कि किसानी संघर्ष दे विच पंजाब ने पहल की, इवें ही असीं पंजाब दे साबका सैनिकां ने पहल की, तो पूरा देश ने साडा साथ दिता। 20 फरवरी नूं लखां दा इकट्ठ होया उत्थे जंतर मंतर ते, उहदे बाद असीं जदों सरकार साडे तक नहीं पहुँच की, असीं फिर कंटिन्यू धरना प्रदर्शन जिहड़ा संकेतक धरना प्रदर्शन का शुरू किया उत्थे। उहदे बाद सरकारां ने यह चाहुंदियां कि यह जिहड़ा वा जवान साडियां अगे आ रहे नहीं, कई दफ़ा मीटिंगां हो चुकियां ने डिफेंस मिशन ना, पर सवाल है कि साढ़े पिछले संख्या बल नहीं सी, असी अधिकारियों के पिछले लगे हुए थे, हुण असी सरकारां नूं संख्या बल भी दिखाया, जिवें कि 3 अप्रैल नूं असी पूरे देश के डिस्ट्रिक्ट मजिस्ट्रेट नूं जिहड़े अपने मैंबरों नूं दित्ते है, पूरे देश के साढ़े साबका सैनिक हज़ारों की गिनती में अपने अपने शहरों के रोस मार्च करते हुए, उसके बाद सैकंड जिहड़ा असी सरकारां नूं दिखाया 30 अप्रैल नूं पूरे देश के MP नूं राज्यसभा मैंबरों नूं असी मैंबर दे चुके हैं, उसके बाद आ 30 मई नूं साडा 100 दिन पूरा होया धरने का, 30 मई नूं भी असी जिहड़ा दुबारा कॉल दित्ती पूरे देश के साबका सैनिकां नूं कि इह जिहड़ा अपने अपने तहसील लैवल से डिस्ट्रिक्ट लैवल से मैंबरों नूं देने आ। 3 वड्डे एक्शन कर चुके हैं, इन्ने वड्डे एक्शन करने के बावजूद भी सरकारां दे कन्नां दे उत्ते जू नहीं रही। असी हुण सरकारां नूं ये अपील करते हैं कि अगर पूरा देश का साबका सैनिक हुण असी कोई वड्डी काल कर देवांगे, क्योंकि 9
अप्रैल में असी पहले सबका सैनिक संघर्ष कमेटी पंजाब ने शुरुआत की थी, बाद पूरा देश साढ़े नाल आया। 9 अप्रैल में एक अभी फैडरेशन तैयार की आ जिमें कि किसान मोर्चा ने साझा फ्रंट बनाया थी। इस तर्ज के उत्ते असी सबका सैनिकों की पूरे देश दिया जेसू जवान संस्थावों की एक फैडरेशन बनाई है, जिसे प्रधान ने साडे सूबेदार अर्जन सिंह राठौर राजस्थान तो ने, इवें पूरे देश दिया पूरे स्टेटा दिया जथेबंदियां इकट्ठा करके जोड़ा वा एक साझा प्लेटफॉर्म तैयार किया। हूँ इन्ने वे एक्शन कर दे बावजूद भी सरकार ने साड़ी आवाज़ नहीं सुनी, ना ही कोई सरकारी तौर पर सानू कोई बुलावा पत्र आया गलबात। असी हुण जिहड़ा वा साड़ी फैडरेशन जिहड़ी बनी आ, असी कोई वड्डा कोर्स ओवर एक्शन करांगे जिहदे नाल सरकारां दे उत्ते असी दबाव बना सकीए। हो सकदा कि जिहड़ी 15 जुलाई नूं जिहड़ी आ सैशन शुरू हो रहा है, साड़ी जिहड़ी अपनी फैडरेशन है उन्हां दी सलाह मसले दे नाल असी कोई वड्डा कोर्स ओवर एक्शन भी कर सकते हैं, जां असी रामलीला मैदान भर सकते हैं, जां असी संसद दा घराओ कर सकते हैं, क्योंकि सरकारां ने साडा इन्ना लंबा एजीटेशन होने के बावजूद भी सरकारां दे कन्नां दे असी संविधानक तरीके नाल सरकारां तों हक लैणे आ। बच्चा रोंदा ते मां दुख दिंदी आ। असी 105 दिन हो गए उत्थे जंतर मंतर ते बैठे हाँ, असी अपनी हकी मंगां वास्ते सरकार अगे रो रहे हैं, लेकिन सरकार के उत्ते कोई भी असर नहीं हो रहा। क्यों? इहदा कारण इह आ कि 75 साल तक अज तक जदों दा देश आजाद होया अज तक असी अधिकारियों के मगर लगे हुए थे। ये पहली दफा होया वो सरकारां भी ये समझदियां ने कि जिहड़ा संख्या बल अधिकारियों के पिछे आ, सरकारां दे जिहड़े दिमाग दे विच कीड़ा पिया पाए कोई भी पोलीटिकल पार्टी है उन्होंने दिमाग यह ही आ कि अधिकारियों के पिछे जवान आ। पर हुण असी अलग तौर पर जिवें कि सिविल दे विच आई है अफसर यूनियन अलग है, रिक्शा यूनियन अलग है, इवें असी अपने जवानों की अलग यूनियन बना के असी सरकारां नूं यह दसना चाहते हैं कि असी अपने हकी मंगा वास्ते खुद अपने बलबूते से संघर्ष करना है और सरकार तो अपने हक लैने। सर देखिए अज तक तो असी मतलब पूरा देश के यही जागरूकता बुला रहे कि अपने बच्चों को डिफेंस भेजो। असी हुण भी नहीं कहते कि ना भेजो, लेकिन हुण जिहड़ी अग्निपथ योजना आ गई है ना, इहदे नाल साडे बच्चों का, क्योंकि हमेशा डिफेंस गरीब किसान गरीब मजदूर बहुजन समाज के बच्चे जाते हैं। ये साडा सरकारां जिहड़ा गरीबी का एक शोषण कर रही ने कि जिहड़ा आ अग्निपथ योजना लिया के 4 साल बाद जिहड़े 75% जिहड़े साडे जवान वह बाहर कर दिए जाएंगे, उन्हां दा कोई भी जिहड़ा वा अगे भविख नहीं है उन्हां दा कोई, वो क्योंकि वह जिहड़ा हथियार तो चलाना सीख लैणगे तो वह कदे साडी जिहड़ियां एंटी नैशनल कोई इहो जिहियां हैगियां ने उन्हां नूं मिसयूज भी कर सकदियां ने। असीं इहदे भी विरोध दे विच अग्निपथ दे विच, क्योंकि ये जिहड़ा साडे बच्चों का भविख कोई भविख नहीं है। 25% जिहड़े बच्चे रखे जाने आ और वह भी उ रखे जाने के जी सिफारसी हो कि भी जो भी तुम देख रहे हो इंडिया के सिस्टम चल रहा है। पर जी योजना कह रहे हो काफ़ी देर की सरकार ने लागू की हुई है ना, जी कह रहे भी ऑफिसर का भी थोड़ा जो डिस्प्यूट कर रहे हैं। असी तो सर आवाज़ तो 16 तो चुक रहे हैं। असी भी पहले जनरल सतबीर के नाल यूनाइटिव फ्रंट नाल ही जो साडे नाल धोखा आया असी उन्होंने विश्वास किया, लेकिन उन्होंने साडे नाल विश्वासघात किया, तद असी अलग तौर पर अपनी जथेबंदियां शुरू कीतियां बनाउणियां, तब से असी आवाज़ उठा रहे हैं। लेकिन पूरे देश में जोड़ा जागरूक करने के इन्ना हो गया टाइम। मैं तुम्हें दसना चाहता कि असी 200 साल पहले गुलाम सीगे, 150 साल तक सानू पता ही नहीं लगा कि असी गुलामी है, 50 साल लग गए लोगों को समझाने के कि असी गुलाम हाँ, तो इस करके सानू भी जोड़ा 10 साल लग गए अपने सबका सैनिकों को समझाने के साथ वधीकियां हुई असी अजे भी गुलाम हाँ, साढ़े उत्ते अजे भी अंग्रेजों वाले कानून जो लागू हैं। नहीं असी सॉरी इतने मैं तुम दसदा कि साडा जिहड़ा वा वह असी 15 दे विच जदों एक रैंक एक पेंशन जिहड़ी पहला लागू की गई ना उस टाइम दे उत्ते असी जिहड़े आ वह 5 बंदे उस टाइम ते भुख हड़ताल ते बैठे ही, सिर्फ जिहड़े वह 5 सैनिक ही वह सिर्फ असी जवान हाँ, जदों कि एक बंदे जिहड़ा ही वह जनरल सुखबीर लैके बैठे हुए ही। उस टाइम दे उत्ते जिहड़ा 1921 का जिहड़ा थोड़ा बेनीफिट मिलिया वह असी जदों उत्थे भुख हड़ताल की तो उसदे जिहड़ा वा उहदे नाल ही जिहड़ा थोड़ा बहुत लाभ मिलिया, नहीं तो साडे कोल अज भी डाकूमेंट है कि सरकार बिल्कुल जवानों नूं जिहड़ा नज़रअंदाज कर रही ही, क्योंकि अफसर जिहड़ी उह साडी प्रतिनिधता कर रहे ही तो उन्होंने अगे अपना पक्ष ही इस तरह पेश किया कि जवानों की जिहड़ी पेंशन है वह ठीक है, सिर्फ अफसरां नूं घाटा पै रहा। देखिए सर
ਅਸੀਂ ਉੱਥੇ ਪ੍ਰੋਪਰ ਜਿਹੜਾ ਵਾ ਸੰਖਿਆ ਵਾਲੇ 20 ਫਰਵਰੀ ਨੂੰ ਘੱਟੋ 50,000 ਸਾਬਕਾ ਸਿੰਘ ਪਹੁੰਚੇ ਸੀਗੇ, ਲੇਕਿਨ ਸਰਕਾਰਾਂ ਦਾ ਇਹ ਉੱਥੇ ਨੈਸ਼ਨਲ ਮੀਡੀਆ ਵੱਡ ਉੱਥੇ ਗਿਆ ਹੀ ਨਹੀਂ, ਲਾਗੇ ਪਹਿਲਵਾਨਾਂ ਦਾ ਵੀ ਧਰਨਾ ਲੱਗਾ ਸੀਗਾ ਬਾਅਦ ਦੇ ਵਿੱਚ, ਔਰ ਅਸੀਂ ਸਾਡੀ ਅੱਜ ਤੱਕ ਕਿਸੇ ਵੀ ਨੈਸ਼ਨਲ ਮੀਡੀਆ ਨੇ ਕਵਰੇਜ ਨਹੀਂ ਕੀਤੀ, ਇਸ ਕਰਕੇ ਪੂਰੇ ਦੇਸ਼ ਨੂੰ ਨਹੀਂ ਪਤਾ ਲੱਗਾ। ਸੋਸ਼ਲ ਮੀਡੀਆ ਦੇ ਥਰੂ ਥੋੜ੍ਹਾ ਪਤਾ ਜਿਹੜੇ ਅਸੀਂ ਜਾਗਰੂਕ ਕੀਤਾ, ਅਸੀਂ ਸਾਡਾ ਸੰਕੇਤਕ ਧਰਨਾ ਲਾਉਣ ਦਾ ਮਤਲਬ ਹੀ ਇਹ ਹੈ ਕਿ ਉੱਥੋਂ ਸੋਸ਼ਲ ਮੀਡੀਆ ਥਰੂ ਅਸੀਂ ਪੂਰੇ ਦੇਸ਼ ਦੇ ਸਾਬਕਾ ਸੈਨਿਕਾਂ ਨੂੰ ਜਾਗਰੂਕ ਕਰੀਏ, ਔਰ ਅਸੀਂ ਜਾਗਰੂਕ ਕਰਨ ਦੇ ਵਿੱਚ ਕਈ ਹੱਦ ਤੱਕ ਕਾਮਯਾਬ ਹੋਏ ਹਾਂ। ਹਾਂ ਸਰ, ਸਾਨੂੰ ਨੌਬਤ ਕਿਉਂ ਆਈ ਅੱਜ ਪ੍ਰੈਸ ਕਾਨਫਰੰਸ ਕਰਨ ਦੀ, ਇਹ ਇਸੇ ਕਰਕੇ ਕਿ ਸਾਡਾ ਦਿੱਲੀ ਜੰਤਰ ਮੰਤਰ ਤੇ ਬੈਠਿਆ 105 ਦਿਨ ਹੋ ਗਿਆ, ਕਿਸੇ ਵੀ ਨੈਸ਼ਨਲ ਮੀਡੀਆ ਨੇ ਸਾਨੂੰ ਕਵਰੇਜ ਨਹੀਂ ਦਿੱਤੀ, ਅਸੀਂ ਅੱਜ ਤੁਹਾਡੇ ਕੋਲ ਪਹੁੰਚੇ ਹਾਂ। ਸਾਨੂੰ ਉਮੀਦ ਹੈ ਕਿ ਤੁਸੀਂ ਜਿਹੜਾ ਸਾਡੀ ਆਵਾਜ਼ ਪੂਰੇ ਪਬਲਿਕ ਦੇ ਵਿੱਚ ਪੂਰੀ ਸੋਸ਼ਲ ਆਪਣਾ ਜਿਹੜੇ ਉਹਦੇ ਵਿੱਚ ਤੁਸੀਂ ਸਾਡੀ ਆਵਾਜ਼ ਜਾਏਗੀ, ਅਤੇ ਇਹਦੇ ਨਾਲ ਜਿਹੜੀ ਆ ਜਾਗਰੂਕਤਾ ਜਿਹੜੀ, ਹਾਂਜੀ ਹਾਂ, ਪੂਰੇ ਪੂਰੇ ਦੇਸ਼ ਦੇ ਡੀਸੀਆਂ ਨੂੰ ਮੈਂਬਰ ਨੂੰ ਦਿੱਤੇ ਗਏ ਆ 3 ਅਪ੍ਰੈਲ ਨੂੰ। ਕਿਸੇ ਕਿਸੇ ਐਮਪੀਆਂ ਦੇ ਰਿਪਲਾਈ ਆਇਆ, ਜਿਵੇਂ ਕਿ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਸਾਡਾ ਮੁੱਦਾ ਲੈ ਕੇ ਗਈ, ਡਿਫੈਂਸ ਮਿਸ਼ਨ ਨਾਲ ਮੀਟਿੰਗ ਵੀ ਕੀਤੀ, ਔਰ ਇਹ ਲਖਵਿੰਦਰ ਸਾਹਿਬ ਹੈ ਜਿਹੜੇ ਪਟਿਆਲਾ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ, ਇਹਨਾਂ ਨੇ ਉਹਨਾਂ ਨੂੰ ਮੈਂਬਰ ਦਿੱਤਾ ਸੀਗਾ, ਉਹਨਾਂ ਨੇ ਇਹਨਾਂ ਨੂੰ ਜਵਾਬ ਵੀ ਦਿੱਤਾ ਸੀਗਾ, ਬਲਕਿ ਉਹਨਾਂ ਨੇ ਕਿਹਾ ਸੀਗਾ ਕਿ ਲੇਕਿਨ ਸਾਡੇ 2 ਬੰਦੇ ਆਪਣੇ ਨਾਲ ਭੇਜੋ, ਡਿਫੈਂਸ ਮਿਨਿਸਟਰ ਨੂੰ ਬਰੀਫ ਕਰ ਦੇਣਗੇ, ਪਰ ਸ਼ਾਰਟ ਟਾਈਮ ਹੋਣ ਕਰਕੇ ਅਸੀਂ ਉੱਥੇ ਪਹੁੰਚ ਨਹੀਂ ਪਾਏ, ਕਿਉਂਕਿ 12 ਵਜੇ ਸੇਮ ਦਿਨ ਉਹਨਾਂ ਸਵੇਰੇ ਫੋਨ ਕੀਤਾ ਇਹਨਾਂ ਨੂੰ ਵੀ ਮੈਂ ਜਾ ਰਹੀ ਹਾਂ ਡਿਫੈਂਸ ਮਿਨਿਸਟਰ ਕੋਲ, ਤੁਸੀਂ ਆਪਣੇ ਬੰਦੇ ਭੇਜੋ ਜੋ ਕਿ ਬਰੀਫ, ਲੇਕਿਨ ਥੋੜ੍ਹਾ ਟਾਈਮ ਘੱਟ ਹੋਣ ਕਰਕੇ ਅਸੀਂ ਉੱਥੇ ਨਹੀਂ ਪਹੁੰਚ ਪਾਏ। ਬਾਕੀ ਉਹਨਾਂ ਨੇ ਪੂਰਾ ਡਿਸਕਸ ਕੀਤਾ, ਹੋਰ ਵੀ ਐਮਪੀਆਂ ਦੇ ਜਿਹੜੇ ਸਾਨੂੰ ਵਾਪਸ ਜਵਾਬ ਵੀ ਆਇਆ ਕਿ ਅਸੀਂ ਜਿਹੜਾ ਮੈਂਬਰ ਡਿਫੈਂਸ ਮਿਨਿਸਟਰੀ ਤੱਕ ਰਾਸ਼ਟਰਪਤੀ ਤੱਕ ਭੇਜ ਦਿੱਤਾ। ਮੰਗ ਸਰ, ਅਸੀਂ ਇਹ ਚਾਹੁੰਦੇ ਹਾਂ ਕਿ ਜਿੱਥੇ ਵੀ ਸਾਡੇ ਨਾਲ ਭੇਦਭਾਵ ਕੀਤਾ ਗਿਆ ਉਹਦੇ ਵਾਸਤੇ ਜਿਹੜਾ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ 3 ਰਿਟਾਇਰਡ ਜੱਜਾਂ ਦੀ ਇੱਕ ਕਮੇਟੀ ਬਣਾਵੇ, 3 ਮਹੀਨੇ ਦਾ ਉਹਨਾਂ ਨੂੰ ਸਮਾਂ ਦਿੱਤਾ ਜਾਵੇ, ਅਸੀਂ ਆਪਣੇ ਪੂਰੇ ਜਿੱਥੇ ਜਿੱਥੇ ਸਾਡੇ ਨਾਲ ਭੇਦਭਾਵ ਹੋਇਆ ਉਹ ਅਸੀਂ ਆਪਣੇ ਡਾਕੂਮੈਂਟ ਲੈ ਕੇ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰੀਏ, ਤੋ 3 ਮਹੀਨਿਆਂ ਬਾਅਦ ਜਿਹੜੀ ਉਹ ਆਪਣਾ ਕੇਂਦਰ ਸਰਕਾਰ ਨੂੰ ਰਿਪੋਰਟ ਦੇਣ ਅਤੇ ਉਸ ਆਧਾਰ 'ਤੇ ਗਾਂਹ ਜਿਹੜਾ ਵਾ ਉਹ ਕੇਂਦਰ ਸਰਕਾਰ ਕਾਰਵਾਈ ਕਰੇ। ਅਸੀਂ ਕੋਈ ਵੀ ਗੈਰ ਕਾਨੂੰਨੀ ਕੋਈ ਚੀਜ਼ ਦੀ ਮੰਗ ਨਹੀਂ ਕਰ ਰਹੇ, ਜਿਵੇਂ ਕਿ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਜਿਹੜਾ ਇੱਕ ਸੰਵਿਧਾਨਿਕ ਤਰੀਕਾ ਔਰ ਦੇਸ਼ ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਪਤਾ ਨਹੀਂ ਹਜ਼ਾਰਾਂ ਕਮੇਟੀਆਂ ਬਣ ਚੁੱਕੀਆਂ, ਅਸੀਂ ਕੋਈ ਨਹੀਂ ਜ਼ਬਰਦਸਤੀ ਵਾਲੀ ਗੱਲ ਨਹੀਂ ਕਰ ਰਹੇ ਕਿ ਸਾਨੂੰ ਆਹੀ ਮਿਲਣਾ ਚਾਹੀਦਾ, ਅਸੀਂ ਕਹਿ ਰਹੇ ਕਿ ਉਹਨੂੰ ਜਿਹੜਾ ਵਾ ਪਰਖਣ ਵਾਸਤੇ ਜਿਹੜਾ ਵਾ ਸਾਡੀਆਂ ਮੰਗਾਂ ਨੂੰ ਜਾਇਜ਼ ਨਜਾਇਜ਼ ਦੱਸਣ ਵਾਸਤੇ ਸੁਪਰੀਮ ਕੋਰਟ ਦੇ 3 ਰਿਟਾਇਰਡ ਜੱਜਾਂ ਦੀ ਕਮੇਟੀ ਬਣਾਈ ਜਾਵੇ, ਉਹ ਸਾਡੇ ਜਿਹੜੇ ਆ ਉਹ ਸਾਰੇ ਮਸਲਿਆਂ ਦਾ ਐਨਾਲਿਸਿਸ ਕਰੇ ਅਤੇ ਉਸ ਤੋਂ ਬਾਅਦ ਆਪਣੀ ਰਿਪੋਰਟ ਜਿਹੜੀ ਉਹ ਕੇਂਦਰ ਸਰਕਾਰ ਨੂੰ ਦੇਵੇ। ਇੱਥੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦੇਵਾਂ ਕਿ ਜਿਹੜੀ ਆਮ ਇੱਕ ਸਿਵਲੀਅਨ ਦੀ ਸਮਝ 'ਚ ਆਉਂਦੀ ਹੈ, ਸ਼ਾਇਦ ਦੂਸਰੀਆਂ ਚੀਜ਼ਾਂ ਜਿਹੜੀਆਂ ਉਹ ਨਾ ਸਮਝ 'ਚ ਆ ਸਕਣ ਜਾਂ ਇੱਕ ਰਿੰਕ ਇੱਕ ਪੈਨਸ਼ਨ ਬਾਰੇ। ਹੁਣ ਤੁਸੀਂ ਨਾਰਮਲ ਸੁਣਿਆ ਹੋਏਗਾ ਬਹਾਦਰੀ ਦੇ ਮੈਡਲ ਹੈ ਕਿ ਜੇਕਰ ਕੋਈ ਮਿਲੀਟੈਂਟ ਮਾਰਿਆ ਜਾਂ ਕੁਝ ਹੋਇਆ ਕਿ ਉਹਦੇ ਵਿੱਚ ਇਹਨੂੰ ਸੋਰਿਆ ਚੱਕਰ ਦਿੱਤਾ ਗਿਆ, ਪਰਮਵੀਰ ਚੱਕਰ ਦਿੱਤਾ ਗਿਆ, ਵੀਰ ਚੱਕਰ ਦਿੱਤਾ ਗਿਆ, ਲੇਕਿਨ ਤੁਸੀਂ ਹੈਰਾਨ ਰਹਿ ਜਾਓਗੇ ਕਿ ਤਕਰੀਬਨ ਜਿਹੜੇ ਇਨਫੈਂਟਰੀ ਜਿਹਦਾ ਕੰਮ ਹੈ ਸਿੱਧਾ ਲੜਾਈ ਦਾ ਹੈ, ਚਾਹੇ ਮਿਲੀਟੈਂਟ ਹੋਣ ਚਾਹੇ ਦੁਸ਼ਮਣ ਦੇਸ਼ ਹੋਵੇ, ਉਹਦੇ ਨਾਲ ਬਾਰਡਰ ਦੇ ਉੱਤੇ ਝੜਪਾਂ ਹੁੰਦੀਆਂ ਰਹਿੰਦੀਆਂ, ਉਹਦੇ ਵਿੱਚ 99% ਅਫਸਰਾਂ ਦੇ ਕੋਲ ਕੋਈ ਨਾ ਕੋਈ ਮੈਡਲ ਹੁੰਦਾ ਹੈ। ਫਾਰ ਐਗਜ਼ਾਮਪਲ ਮੈਂ ਅਗਰ ਤੁਹਾਨੂੰ ਦੱਸਾਂ ਕਿ ਇੱਕ ਮੁਕਾਬਲਾ ਹੁੰਦਾ ਹੈ ਮਿਲੀਟੈਂਟਾਂ ਦੇ ਨਾਲ, ਅਤੇ ਉਸ ਦੇ ਵਿੱਚ ਮੰਨ ਲਓ ਕਿ 5 ਮਿਲੀਟੈਂਟ ਮਾਰੇ ਜਾਂਦੇ ਆ, 2 ਜਵਾਨ ਸ਼ਹੀਦ ਹੋ ਜਾਂਦੇ ਆ, 5 ਮਿਲੀਟੈਂਟ ਮਾਰੇ ਜਾਂਦੇ ਆ, 2 ਜਵਾਨ ਸ਼ਹੀਦ ਹੋ ਜਾਂਦੇ ਆ, ਲੇਕਿਨ ਉਹ ਜਿਹੜੇ 5 ਮਿਲੀਟੈਂਟ ਮਾਰੇ ਗਏ ਆ ਉਹਦਾ ਉਹਦੇ ਵਾਸਤੇ ਜਿਹੜਾ ਵਾ ਕਿਸੇ ਅਫਸਰ ਨੂੰ ਜਿਹੜਾ ਉਹ ਬਹਾਦਰੀ ਦਾ ਮੈਡਲ ਉਹ ਵੀਰ ਚੱਕਰ ਮਿਲ ਜਾਵੇ, ਸੌਰਿਆ ਚੱਕਰ ਮਿਲ ਜਾਵੇ, ਮਹਾਂਵੀਰ ਚੱਕਰ, ਉਹਨਾਂ ਨੂੰ ਦਿੱਤੇ ਜਾਂਦੇ ਆ। ਜਦਕਿ ਤੁਸੀਂ ਇਹ ਦੱਸੋ ਕਿ ਜਿਹੜੇ 2 ਜਵਾਨ ਸ਼ਹੀਦ ਹੋਏ ਉਸ ਮੁਕਾਬਲੇ ਦੇ ਵਿੱਚ ਉਹ ਕਿਸ ਦੀ ਗੋਲੀ ਨਾ ਹੋਏ, ਜੇ ਉਹ ਮਿਲੀਟੈਂਟਾਂ ਨਾਲ ਲੜਦੇ ਹੋਏ ਸ਼ਹੀਦ ਹੋਏ ਆ ਤਾਂ ਇਹਦਾ ਮਤਲਬ ਉਹ ਬਹਾਦਰੀ ਕਰਦੇ ਹੋਏ ਸ਼ਹੀਦ ਹੋਏ, ਉਹਨਾਂ ਦੇ ਛਾਤੀ ਦੇ ਵਿੱਚ ਗੋਲੀਆਂ ਖਾਧੀਆਂ, ਕੀ ਗੱਲ ਉਹਨਾਂ ਦਾ ਹੱਕ ਨਹੀਂ ਬਣਦਾ ਮੈਡਲਾਂ ਦੇ ਉੱਤੇ? 99% ਜਿਹੜਾ ਹਿੱਸਾ ਮੈਡਲਾਂ ਦਾ ਉਹ ਸਾਡੇ ਅਫਸਰ ਖੁਦ ਹੀ ਲੈ ਜਾਂਦੇ ਆ। ਸਰ ਅਸੀਂ ਇਹ 2009 ਤੋਂ ਆਵਾਜ਼ ਚੁੱਕ ਰਹੇ ਹਾਂ, ਮੈਂ ਪਹਿਲਾਂ ਵੀ ਦੱਸਿਆ ਸੀ 2015 ਦੇ ਵਿੱਚ ਵੀ ਸਾਡੀ ਉਸ ਟਾਈਮ 'ਤੇ 11 ਦਿਨ ਭੁੱਖ ਹੜਤਾਲ ਸੀ, 11 ਦਿਨ ਭੁੱਖ ਹੜਤਾਲ ਅਸੀਂ ਰਾਮਲੀਲਾ ਮੈਦਾਨ ਦੇ ਵਿੱਚ 2018 ਦੇ ਵਿੱਚ ਕਰ ਚੁੱਕੇ ਹਾਂ, ਉਸ ਤੋਂ ਬਾਅਦ ਆਪਣੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਹਾਂ, ਤਕਰੀਬਨ ਸਾਡੇ 70
जिहड़े आ उह धरना प्रदर्शन जिहड़े आ जंतर मंतर दिल्ली दे आ 2009 तों लै के हुण तक और तकरीबन सारे प्रदर्शनों के जी साड़ी जी साबका सैन्य संघर्ष कमेटी है तकरीबन एक अद्धे धरने को छड़ के बाकी सारे धरने प्रदर्शन करदिया साड़िया उत्थे दिल्ली पुलिस वालों गिरफ्तारियां की गई हैं तो मतलब असी अपने वालों पूरा जोर लाया लेकिन साडा जिहड़ा वा वह क्योंकि जिहड़े भी कोई नैशनल मीडिया वो सानू कवरेज नहीं करदा इस करके जिहड़ा वा वो साडी मंगा जिहड़ियां आम देशवासियों तक नहीं पहुँच सकता।